ਹਾਂਜੀ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਆ ਕਿ ਸਾਰੇ ਬਹੁਤ ਵਧੀਆ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਸਾਂਝੀ ਕਰਨ ਲੱਗਾ ਜੀ ਪੰਜਾਬ ਪੁਲਿਸ ਭਰਤੀ ਸੰਬੰਧੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੇਪਰ ਪੈਂਡਿੰਗ ਪਏ ਨੇ ਜਿਵੇਂ ਕਿ ਹੈੱਡ ਕਨਸਟੇਬਲ ਸਬ ਇੰਸਪੈਕਟਰ ਇੰਟੈਲੀਜੈਂਸ ਇਨਵੈਸਟੀਗੇਸ਼ਨ ਕੈਡਰ ਉਹਦੇ ਸੰਬੰਧੀ ਇੱਕ ਵੱਡਾ ਅਪਡੇਟ ਤੁਹਾਡੇ ਸਾਹਮਣੇ ਜਾਰੀ ਕਰਨ ਲੱਗਾ ਕਿ ਉਹ ਪੇਪਰ ਕਦੋਂ ਹੋ ਸਕਦੇ ਨੇ ਡਿਪਾਰਟਮੈਂਟ ਵੱਲੋਂ ਇੱਕ ਜਿਹੜਾ ਨੋਟਿਸ ਤੁਸੀਂ ਸਕਰੀਨ ਤੇ ਦੇਖ ਰਹੇ ਹੋਏ ਜਾਰੀ ਕੀਤਾ ਗਿਆ ਜੀ ਤੇ ਸਾਰੀ ਜਾਣਕਾਰੀ ਇਹਦੇ ਸੰਬੰਧੀ ਦਵਾਂਗੇ ਕਿ ਕੀ ਇਹ ਲੈਟਰ ਦਾ ਮਤਲਬ ਕੀ ਆ ਠੀਕ ਹੈ ਜੀ ਤੇ ਦੋਸਤੋ ਉਸ ਤੋਂ ਪਹਿਲਾਂ ਜਿਹੜੇ ਵੀਰਪਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਭਰਤੀਆਂ ਦੇ ਅਪਡੇਟ ਤੁਹਾਨੂੰ ਸਾਡੇ ਚੈਨਲ ਤੇ ਮਿਲਦੇ ਰਹਿਣ ਤੋਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਲੈਟਰ ਹੈ ਇਹ ਕਿੰਨਾ ਵੱਲੋਂ ਜਾਰੀ ਕੀਤਾ ਗਿਆ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਤੇ ਕਿਹਦੇ ਵੱਲ ਭੇਜਿਆ ਗਿਆ ਦੋਸਤੋ ਸਪੈਸ਼ਲ 76 ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਜਿਹੜੀ ਸਕੂਲ ਸਿੱਖਿਆ ਵਿਭਾਗ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਇਹ ਲੈਟਰ ਜਿਹੜਾ ਦੋਸਤੋ ਸਾਨੂੰ ਮਿਲਿਆ ਠੀਕ ਹੈ ਜੀ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ ਦੀ ਵੈਬਸਾਈਟ ਤੇ ਪਿਆ ਹੈ ਤੇ ਵਿਸ਼ਾ ਕੀ ਆ ਪੰਜਾਬ ਪੁਲਿਸ ਭਰਤੀ ਸੰਬੰਧੀ ਪ੍ਰੀਖਿਆ ਕੇਂਦਰ ਬੁੱਕ ਕਰਨ ਬਾਰੇ ਹਾਂਜੀ ਬਿਲਕੁਲ ਤੁਸੀਂ ਦੋਸਤੋ ਸਹੀ ਸੁਣ ਰਹੇ ਹੋ ਜਿਵੇਂ ਕਿ ਇਹ ਦੋਸਤੋ ਜਿਹੜੀਆਂ ਭਰਤੀਆਂ ਨੇ ਜਿਵੇਂ ਕਿ ਮੈਂ ਪਹਿਲੇ ਹੀ ਤੁਹਾਨੂੰ ਦੱਸ ਕੇ ਹਟਿਆ ਕਿ ਸਬ ਇਨਸਪੈਕਟਰ ਹੈੱਡ ਕਨਸਟੇਬਲ ਦੀ ਇਹਨਾਂ ਦੀਆਂ ਜਿਹੜੀਆਂ ਭਰਤੀਆਂ ਦੇ ਜਿਹੜੇ ਚਾਂਸ ਨੇ ਦੋਸਤੋ 14 15 16 ਤਰੀਕ ਨੂੰ ਹੋਣ ਦੇ ਪੂਰੇ ਪੂਰੇ ਚਾਂਸ ਨੇ ਕਿਉਂਕਿ ਡਿਪਾਰਟਮੈਂਟ ਨੇ ਇਹਨਾਂ ਦੇ ਜਿਹੜੇ ਪ੍ਰੀਖਿਆ ਕੇਂਦਰ ਨੇ ਉਹਨਾਂ ਨੂੰ ਬੁੱਕ ਆਫ ਕਰਨ ਵਾਸਤੇ ਜਿਹੜੀ ਇਹ ਜਿਹੜਾ ਲੈਟਰ ਜਾਰੀ ਕੀਤਾ ਗਿਆ ਤੁਸੀਂ ਪੜ੍ਹ ਵੀ ਸਕਦੇ ਹੋ ਠੀਕ ਹੈ ਜੀ ਉਕਤ ਹਵਾਲਾ ਅਧੀਨ ਪੱਤਰ ਰਾਹੀਂ ਆਪ ਵੱਲੋਂ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਮਿਤੀ 14 ਤੇ 15 ਨੂੰ ਕਰਵਾਈ ਜਾਣ ਵਾਲੀ ਪੁਲਿਸ ਭਰਤੀ ਪ੍ਰੀਖਿਆ ਸੰਬੰਧੀ ਵਿਕਲਪ ਪ੍ਰੀਖਿਆ ਕੇਂਦਰਾਂ ਬਾਰੇ ਭਰਤੀ ਬੋਰਡ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮਿਤੀ 16 ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਉਪ ਜ਼ਿਲ੍ਹਾ ਅਟਾਰਨੀ ਦੀ ਪ੍ਰੀਖਿਆ ਮਿਤੀ 16 ਨੂੰ ਸਿਰਫ ਜ਼ਿਲ੍ਹਾ ਪਟਿਆਲਾ ਵਿਖੇ ਹੀ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਸੇ ਦੋਸਤੋ ਜਿਵੇਂ ਕਿ ਜਿਹੜੇ ਇਹ ਭਰਤੀਆਂ ਸੀ ਇਹਨਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸੀਗੇ ਤੇ ਉਹਦੇ ਵਿੱਚ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਸੀਗਾ ਕਿ ਨਾਰਮਲਾਈਜੇਸ਼ਨ ਨਹੀਂ ਹੋਊਗੀ ਨਾਰਮਲਾਈਜੇਸ਼ਨ ਕਦੋਂ ਹੁੰਦੀ ਹੁੰਦੀ ਹੈ ਜਦੋਂ ਤੁਹਾਡਾ ਪੇਪਰ ਆ ਜਿਹੜਾ ਇੱਕ ਜਾਂ ਇੱਕ ਤੋਂ ਜ਼ਿਆਦਾ ਸ਼ਿਫਟਾਂ ਵਿੱਚ ਹੁੰਦਾ ਹੁੰ ਠੀਕ ਹੈ ਤੇ ਜਦੋਂ ਪੇਪਰ ਨੂੰ ਇੱਕ ਸ਼ਿਫਟ ਦੇ ਵਿੱਚ ਕੰਪਲੀਟ ਕੀਤਾ ਜਾਂਦਾ ਹੁੰਦਾ ਉਦੋਂ ਨਾਰਮਲਾਈਜੇਸ਼ਨ ਨਹੀਂ ਹੁੰਦੀ ਹੁੰਦੀ ਤਾਂ ਜਿਹੜੇ ਤੁਹਾਡੇ 400 ਨੇ 16 ਦੇ ਚਾਂਸਸ ਬਣਦੇ ਨੇ ਠੀਕ ਹੈ 14 15 ਨੂੰ ਵੀ ਮਤਲਬ ਹੋ ਸਕਦੀ ਹੈ ਇਹਦੇ ਤੇ ਸ਼ੋਰ ਨਹੀਂ ਹੈਗਾ ਮਤਲਬ ਇਹ ਤਿੰਨਾਂ ਦਿਨਾਂ ਦੇ ਵਿੱਚੋਂ ਤੁਹਾਡੇ ਕਿਸੇ ਇੱਕ ਦਿਨ ਦੀ ਜਿਹੜੀ ਪੇਪਰ ਇਹਨਾਂ ਭਰਤੀਆਂ ਦਾ ਉਹ ਹੋ ਸਕਦਾ ਹੈ ਠੀਕ ਹੈ ਜੀ ਤੇ ਇਹ ਵੀ ਹੋ ਸਕਦਾ ਕਿ 14 15 ਜਿਵੇਂ ਹੁਣ ਤਿੰਨ ਡੇਟਾ ਦਿੱਤੀ ਹੋਈ ਨੇ ਤਿੰਨੇ ਡੇਟਾ ਵਿੱਚ ਇਹ ਤਿੰਨੇ ਭਰਤੀਆਂ ਦੇ ਪੇਪਰ ਵੀ ਕੰਡਕਟ ਕਰਵਾਏ ਜਾਣ ਹਜੇ ਇਹਨਾਂ ਵਿੱਚ ਇਹਨਾਂ ਨੇ ਕੁਝ ਸਾਫ਼ ਦੱਸਿਆ ਨਹੀਂ ਹੈਗਾ ਕਿ ਕਿਹੜੀ ਭਰਤੀ ਦਾ ਪੇਪਰ ਲਿਆ ਜਾਊਗਾ ਬਟ ਹਾਂ ਇਹਨਾਂ ਕਾ ਕਲੀਅਰ ਜ਼ਰੂਰ ਕਰਤਾ ਕਿ ਇਹ ਜਿਹੜੀਆਂ ਪੈਂਡਿੰਗ ਭਰਤੀਆਂ ਪਈਆਂ ਨੇ ਉਹਨਾਂ ਦੇ ਜਿਹੜੇ ਸੈਂਟਰ ਨੇ ਬੁੱਕ ਕਰਨ ਵਾਸਤੇ ਇਹ ਜਿਹੜਾ ਹਵਾਲਾ ਦਿੱਤਾ ਗਿਆ ਇਹ ਲੈਟਰ ਲਿਖਿਆ ਗਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਕੋਈ ਫੇਕ ਲੈਟਰ ਨਹੀਂ ਹੈਗਾ ਇਹ ਠੀਕ ਹੈ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਡਿਪਾਰਟਮੈਂਟ ਕੋਈ ਮਤਲਬ ਇਦਾਂ ਦਾ ਨਿਰਦੇਸ਼ ਜਾਰੀ ਕਰਦਾ ਤਾਂ ਉਹ ਇਸੇ ਤਰ੍ਹਾਂ ਦਾ ਇੱਕ ਅਪਡੇਟ ਜਾਰੀ ਕਰਦਾ ਹੁੰਦਾ ਠੀਕ ਹੈ ਜੀ ਕੋਈ ਵੀ ਜਿਹੜੀ ਵਰਬਲ ਜਾਣਕਾਰੀ ਨਹੀਂ ਉਹ ਇਹਨਾਂ ਦੁਆਰਾ ਸਾਂਝੀ ਕੀਤੀ ਜਾਂਦੀ ਸੋ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਬਾਕੀ ਦੋਸਤੋ ਸਾਡਾ ਟੈਲੀਗ੍ਰam ਜਰੂਰ ਜੁਆਇਨ ਕਰ ਲਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਜੇਕਰ ਤੁਹਾਡੀ ਕੋਈ ਕੁਇਰੀ ਹੁੰਦੀ ਹੈ ਤੁਸੀਂ ਸਾਨੂੰ ਇੰਸਟਾਗ੍ਰam ਤੇ ਸੰਪਰਕ ਕਰ ਜਰੂਰ ਕਰ ਸਕਦੇ ਹੋ ਤੁਹਾਨੂੰ ਇਹਦਾ ਇੰਸਟਾ ਦਾ ਵੀ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਬਾਕਸ ਵਿੱਚ ਮਿਲ ਜੂਗਾ ਤੇ ਦੋਸਤੋ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਹੁੰਦੀ ਹੈ ਤੁਸੀਂ ਸਾਨੂੰ ਡੀਐਮ ਕਰੋ ਇੰਸਟਾ ਤੇ ਤੇ ਤੁਹਾਡੇ ਜਿਹੜੇ ਮੈਸੇਜ ਆਦਾ ਰਿਪਲਾਈ ਜਲਦ ਕੀਤਾ ਜਾਊਗਾ ਤੇ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ ਜੀ